ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਨੂੰ ਜੈ ਹਿੰਦ ਆਖਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰਾ ਸਾਥ ਦੇਣਗੇ ਕੈਲੀ ਹੈਮਿਲਟਨ ਅਤੇ ਕੈਵਿਨ ਕੈਂਬਲ, ਜਿਹੜੇ ਕਿ ਦੋਨੋਂ ਹੀ ਨਾਮਵਰ ਲਾਇਰਸ ਨੇ, ਅਤੇ ਅੱਜ ਇਹਨਾਂ ਕੋਲੋਂ ਕੁਝ ਜਾਣਕਾਰੀ ਲੈਂਦੇ ਹਾਂ ਰੀਅਲ ਅਸਟੇਟ ਅਤੇ ਕ੍ਰਿਮੀਨਲ ਲਾਅ ਦੇ ਸੰਬੰਧ ਵਿੱਚ। ਆਹ ਦੋਨਾਂ ਹੀ ਮਹਿਮਾਨਾਂ ਤੋਂ ਗੱਲਬਾਤ ਕਰਕੇ ਜਾਣਕਾਰੀ ਲੈਂਦੇ। ਵੈਲਕਮ ਟੂ ਪ੍ਰੋਗਰਾਮ। ਥੈਂਕ ਯੂ ਵੈਰੀ ਮਚ। ਕਲੀ ਆਈ ਵੁੱਡ ਲਾਈਕ ਟੂ ਸਟਾਰਟ ਵਿਦ ਯੂ। ਤੁਸੀਂ ਦੱਸੋ ਕਿ ਤੁਸੀਂ ਲਾਇਰ ਕਿੰਨੇ ਸਾਲਾਂ ਤੋਂ ਹੋ, ਅਤੇ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਸ ਦੇ ਵਿੱਚ ਤੁਸੀਂ ਕੀ ਚੇਂਜਸ ਦੇਖ ਰਹੇ ਹੋ ਲਾਅ ਦੇ ਮੈਦਾਨ ਦੇ ਵਿੱਚ? ਮੈਂ ਵਕੀਲ ਬਣੀ ਨੂੰ 22 ਸਾਲ ਹੋ ਗਏ ਹਾਂ, ਅਤੇ ਮੇਰੀ ਐਕਸਪੀਰੀਅੰਸ ਇਹ ਦੇਖੀ ਹੈ ਵੀ ਬਹੁਤ ਚੇਂਜਸ। ਇੱਕ ਤਾਂ ਹੈਗਾ ਵੀ ਪਬਲਿਕ ਨੂੰ ਬਹੁਤ ਨੌਲੇਜ ਹੋ ਜਾਂਦੀ ਹੈ, ਹੋਈ ਆ ਵੀ ਪਹਿਲਾਂ ਪੀਪਲ ਨੂੰ ਪਤਾ ਨਹੀਂ ਸੀ ਹੁੰਦਾ ਜੇ ਅਰੈਸਟ ਹੋ ਜਾਵੇ ਜਾਂ ਈਵਨ ਕਿੱਦਾਂ ਪੁਲਿਸ ਨੂੰ ਕੰਟੈਕਟ ਕਰਨਾ ਆ। ਨਾਲੇ ਲਾਅ ਵੀ ਹੈ ਨਾ ਹੁਣ ਚੇਂਜ ਹੋ ਗਿਆ ਵੀ ਆਪਾਂ ਨੂੰ ਸੂਟ ਕਮਿਊਨਿਟੀ ਲਈ, ਇਹ ਸਲੋਅ ਚੇਂਜ ਹੋਇਆ ਪਰ ਇਹ ਗੁੱਡ ਚੇਂਜ ਹੋਈ ਜਾਂਦੇ ਆ ਬਈ ਮੋਰ ਪੀਪਲ ਹੈਗਾ ਐਕਸੈਸ ਟੂ ਦ ਲਾਅ ਨਾਓ। ਯੈਸ, ਸੋ ਐਕਸਪਰਟੀਜ਼ ਹੁੰਦੀ ਹੈ ਹਰ ਇੱਕ ਲਾਇਰ ਦੀ ਕੋਈ ਨਾ ਕੋਈ ਫੀਲਡ ਦੇ ਵਿੱਚ। ਸੋ ਤੁਹਾਡੀ ਫਰਮ ਕਿਹੜੀ ਚੀਜ਼ ਵਿੱਚ ਐਕਸਪਰਟ ਹੈਗੀ ਹੈ ਜੀ? ਅਸੀਂ ਹੈ ਨਾ ਕੋਨਸਨਟ੍ਰੇਟ ਹੁਣ ਕਰਦੇ ਹਾਂ ਕ੍ਰਿਮੀਨਲ ਲਾਅ, ਅਤੇ ਨਾਲੇ ਅਸੀਂ ਕੋਨਸਨਟ੍ਰੇਟ ਕਰਦੇ ਹਾਂ ਰੀਅਲ ਸਟੇਟ ਲਾਅ, ਜਿੱਥੇ ਬਾਇੰਗ ਐਂਡ ਸੈਲਿੰਗ ਦਾ ਹਾਊਸ, ਕਾਂਡੋ ਔਰ ਬਿਲਡਿੰਗਸ, ਕਮਰਸ਼ਲ ਐਸ ਵੈਲ ਐਸ ਰੈਜ਼ੀਡੈਂਸ਼ੀਅਲ। ਓਕੇ, ਸੋ ਐਸ ਕੈਲੀ ਹੈਜ਼ ਮੈਂਸ਼ਨਡ ਦੈਟ ਯੂਅਰ ਫਰਮ ਸਪੈਸ਼ਲਾਈਜ਼ਸ ਇਨ ਕ੍ਰਿਮੀਨਲ ਐਸ ਵੈਲ ਐਸ ਇਨ ਰੀਅਲ ਸਟੇਟ ਲਾਅ। ਯੂ ਆਰ ਅ ਯੰਗ ਗ੍ਰੈਜੂਏਟ, ਸ਼ੀ ਹੈਜ਼ ਓਵਰ 22 ਇਅਰਸ ਆਫ ਐਕਸਪੀਰੀਅੰਸ ਐਸ ਅ ਲਾਇਰ। ਸੋ what do you feel, Kevin, in the field of real estate and criminal law, how things are evolving, what is your observation about it? I mean, in terms of real estate law, as we know, the market changes, it will go up and down. Right. But the need for legal service in relation to real estate is constant. Right. Because, I mean, people are always buying and selling, whether it's commercial or residential. Mm-hmm. And you know, they need legal expertise going through the contract, whether it's reviewing the contract before they sign it, or you know, doing the conveyancing of the contract. Right. And so we see kind of the market going up and down. Obviously, people you know, would like to live in certain areas like downtown Vancouver. Right. But you know, the need for legal service, it remains, and you know, that's one of the things that we do. Right. Now, you must have done a lot of trials. What about have you, of course, in this past experience of over 20 years, you must have done trials in the provincial court and the Supreme Court, and you specialize in the criminal law. Now, what, because criminal law again is very vast, ਉਹਦੇ ਵਿੱਚ ਇਹ ਸਾਨੂੰ ਦੱਸੋ ਕਿ ਕੀ ਕਿਹੜਾ ਸਪੈਸੀਫਿਕ ਏਰੀਆ ਕ੍ਰਿਮੀਨਲ ਲਾਅ 'ਚ ਵੀ ਤੁਸੀਂ ਸਾਰੇ ਕਾਇੰਡ ਆਫ ਕ੍ਰਿਮੀਨਲ ਲਾਅ ਦੇ ਵਿੱਚ ਐਕਸਪਰਟ ਹੋ, ਜਾਂ ਕੁਝ ਉਹਦੇ 'ਚ ਵੀ ਸਪੈਸੀਫਿਕ ਤੁਸੀਂ ਫੋਕਸ ਕਰਦੇ ਹੋ? ਅਸੀਂ ਫੋਕਸ ਹੈਗਾ ਆ ਡੋਮੈਸਟਿਕ ਅਬਿਊਜ਼ ਕੇਸਿਸ, ਐਂਡ ਆਪਣੀ ਕਮਿਊਨਿਟੀ ਨੂੰ ਇਹ ਜ਼ਿਆਦਾ ਲੋੜ ਆ, ਕਿਉਂਕਿ ਕਈ ਵਾਰੀ ਉਹ ਮੰਗਦੇ ਆ ਵੀ ਬਈ ਵਕੀਲ ਨੂੰ ਪੰਜਾਬੀ ਆਉਣੀ ਮੰਗਦੇ ਹੋਵੇ, ਅਤੇ ਇਹ ਆਪਣੀ ਕਮਿਊਨਿਟੀ ਨੂੰ ਬਹੁਤ ਲੋੜ ਆ। ਅਤੇ ਅਸੀਂ ਹੈ ਨਾ ਡਿਫੈਂਡੈਂਟ, ਜਦੋਂ ਬੰਦਾ ਜਾਂ ਕੋਈ ਬੁਰੀ ਅਰੈਸਟ ਕਰਦੇ ਆ, ਅਰੈਸਟ ਹੋ ਜਾਂਦੀ ਪੁਲਿਸ ਦੇ ਨਾਲ, ਵੀ ਉਹ ਕੰਟੈਕਟ ਸਾਨੂੰ ਕਰਦੇ ਆ। ਅਸੀਂ ਇਹ ਆ, ਦੂਜਾ ਕਰਦੇ ਹਾਂ ਅਸੀਂ ਅਸੋਲਟ ਚਾਰਜ, ਇਹ ਅਸੋਲਟ ਦੋ ਪਾਰਟੀ ਇੱਕ ਦੂਜੇ ਨਾਲ ਬੰਦੇ ਲੜ ਪਏ ਜਾਂ ਕੋਈ ਹੋਰ ਬਈ ਨਾਨ ਡੋਮੈਸਟਿਕ ਅਸੋਲਟ, ਅਸੀਂ ਉਹ ਵੀ ਕਰਦੇ ਹਾਂ। ਓਕੇ, ਹਾਂ, ਅਤੇ ਅਗੇਨ ਇਹਦੇ 'ਚ ਕਹਿਏ ਦੱਸੋ ਕਿ ਜਦੋਂ ਇਹੋ ਜਿਹਾ ਹਾਲਾਤ ਬੰਦੇ ਨੇ ਡੋਮੈਸਟਿਕ ਅਬਿਊਜ਼ ਦਾ ਕੇਸ ਆਉਂਦਾ ਹੈਗਾ, ਉਸ ਸਮੇਂ ਬਹੁਤ ਘਬਰਾਹਟ ਹੁੰਦੀ, ਕਈਆਂ ਨੂੰ ਪਤਾ ਹੀ ਨਹੀਂ ਕਿ ਇਹ ਪੁਲਿਸ ਦਾ ਹੀ ਇੱਕ ਡਰ ਹੁੰਦਾ ਕਿ ਪੁਲਿਸ ਵਾਲਾ ਜਦੋਂ ਆ ਜਾਂਦਾ ਘਰ, ਤਾਂ ਜ਼ਿਆਦਾਤਰ ਜਿਹੜਾ ਹੈਗਾ, ਅਗੇਨ ਇਹ ਨਹੀਂ ਕਿ ਹਮੇਸ਼ਾ ਹੀ ਹੁੰਦਾ, ਪਰ ਜ਼ਿਆਦਾਤਰ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਲੇਡੀਜ਼ ਦੀ ਸਾਈਡ ਹੀ ਲਈ ਜਾਂਦੀ, ਜਿਹੜਾ ਮਰਦ ਹੈਗਾ ਉਹ ਥੋੜ੍ਹਾ ਸਭ ਮਹਿਸੂਸ ਕਰਦਾ ਹੈ, ਉਹਦੀ ਕੋਈ ਸੁਣਵਾਈ ਨਹੀਂ ਹੈਗੀ। ਸੋ ਜਦੋਂ ਤੁਸੀਂ ਕੇਸਿਸ ਲੈਂਦੇ ਹੈਗੇ ਹੋ, ਤਾਂ ਕੀ ਜਿਹੜਾ ਵਿਅਕਤੀ, ਜੇ ਦੋਨੋਂ ਸਾਈਡ ਦੇ ਕੇਸਿਸ ਨੂੰ ਤੁਸੀਂ ਲੈਂਦੇ ਹੋ ਜਾਂ ਸਿਰਫ ਜਿਹੜਾ ਵਿਕਟਮ ਹੀ ਹੈਗਾ ਉਹਨੂੰ ਹੀ ਤੁਸੀਂ ਲੈਂਦੇ ਹੋ? ਅਸੀਂ ਉਹਨਾਂ ਨੂੰ ਲੈਂਦੇ ਹਾਂ ਜਿਹੜਾ ਚਾਰਜ ਹੋਇਆ ਆ। ਓਕੇ, ਚਾਰਜ ਹੋਇਆ ਆ, ਪੁਲਿਸ ਨੇ ਚਾਰਜ ਕੀਤਾ ਆ ਉਹਨਾਂ ਦੇ ਡੋਮੈਸਟਿਕ ਅਬਿਊਜ਼ ਲਈ। ਅਨਫੋਰਚੁਨੇਟਲੀ ਬੰਦੇ ਹੁੰਦੇ ਆ ਮੇਨਲੀ, ਅਸੀਂ ਉਹਨਾਂ ਦਾ ਲੈਂਦੇ ਹਾਂ, ਅਸੀਂ ਉਹਨਾਂ ਨੂੰ, ਅਸੀਂ ਡਿਫੈਂਸ ਲੋਇਰ ਹਾਂ, ਅਸੀਂ ਪ੍ਰੋਸੀਕਿਊਟਰ ਨਹੀਂ, ਅਤੇ ਅਸੀਂ ਹੈ ਨਾ ਉਹਨਾਂ ਨੂੰ ਡਿਫੈਂਡ ਕਰਦੇ ਹਾਂ। ਸੋ ਕੋਈ ਵੀ ਮਰਦ ਜਾਂ ਔਰਤ ਜਿਹੜੀ ਵਿਕਟਿਮ ਹੋਵੇ, ਉਹਨੂੰ ਤੁਸੀਂ ਜਿਹੜਾ ਹੈਗਾ ਉਹਦੀ ਤੁਸੀਂ ਪੈਰਵਾਈ ਕਰਦੇ ਹੋ?
ਜਿਹੜਾ ਵਿਕਟਿਮ ਵੈਲ ਤੁਸੀਂ ਵਿਕਟਿਮ ਕਹਿ ਦਿੰਦੇ ਜਿਹੜੇ ਅਰੈਸਟ ਹੋਇਆ ਅਤੇ ਬਈ ਉੱਦਾਂ ਇਹ ਵਿਕਟਿਮ ਉਹਨੂੰ ਕਹਿੰਦੇ ਹੁੰਦੇ ਆ ਜਿਹਨੇ ਚਾਰਜ ਲਾਇਆ ਹੋਵੇ ਹੈ ਨਾ ਤਾਂ ਪਰ ਅਸੀਂ ਉਹਨਾਂ ਨੂੰ ਡਿਫੈਂਡ ਕਰਦੇ ਹਾਂ ਜਿਹਨਾਂ ਨੂੰ ਚਾਰਜ ਲੱਗਾ ਆ ਠੀਕ ਹੈ ਜੀ ਹਾਂ ਜੀ ਹਾਂ ਐਂਡ ਕਿਵਨ ਇਨ ਦਿਸ ਪਰਟੀਕੁਲਰ ਕੇਸ ਐਸ ਕੇਲੀ ਇਜ਼ ਮੈਂਸ਼ਨਡ ਇਨ ਪੰਜਾਬੀ ਵਿਚ ਯੂ ਆਰ ਨਾਟ ਅੰਡਰਸਟੈਂਡਿੰਗ ਆਈ ਕੈਨ ਅੰਡਰਸਟੈਂਡ ਲਾਈਕ ਡੂ ਯੂ ਆਲਸੋ ਟੇਕ ਲੀਗਲ ਏਡ ਕਲਾਇੰਟਸ ਆਲਸੋ Yeah, we do take legal aid clients. So legal aid is a resource available for people of a certain income level. Mm-hmm. So if they cannot otherwise afford a lawyer, right. they can apply for legal aid. Mm-hmm. And you know, because in our legal system, mm-hmm. everyone has a right to a lawyer for their defense. So we do take legal aid clients, but we also have clients who are not legal aid clients, you know, clients who have hired us outside of that system. But so we do a bit of both, yeah. ਜਦੋਂ ਪੁਲਿਸ ਨੇ ਚਾਰਜ ਲਾਤਾ ਹੈ ਕਾਨੂੰਨ ਦੇ ਮੁਤਾਬਿਕ ਕੀ ਉਸ ਵਿਅਕਤੀ ਕੋਲ ਕੋਈ ਅਧਿਕਾਰ ਹੁੰਦੇ ਨੇ ਕਿ ਉਹ ਲੋਇਰ ਨੂੰ ਜਾਂ ਹੋਰ ਜਿਸ ਨੂੰ ਵੀ ਕੰਟੈਕਟ ਕਰਨਾ ਚਾਹੀਏ ਕੀ ਵਰ ਸਕਦਾ ਯੈਸ ਸਾਡੀ ਇਹ ਰੈਕਮੈਂਡੇਸ਼ਨ ਆ ਜਦੋਂ ਤੁਹਾਨੂੰ ਚਾਰਜ ਲੱਗ ਜਾਂਦਾ ਹੈ ਜਦੋਂ ਤੁਸੀਂ ਅਰੈਸਟ ਹੋ ਜਾਂਦੇ ਹਾਂ ਜਦੋਂ ਤੁਸੀਂ ਅਰੈਸਟ ਹੋ ਜਾਂਦੇ ਹਾਂ ਤੁਹਾਨੂੰ ਹੈਗਾ ਆ ਵੀ ਤੁਸੀਂ ਜੇਲ੍ਹ ਦੇ ਵਿੱਚ ਆ ਐਂਡ ਤੁਸੀਂ ਫੋਨ ਕਾਲ ਕਰ ਸਕਦੇ ਹਾਂ ਤੁਸੀਂ ਸਾਡੀ ਫਰਮ ਨੂੰ ਫੋਨ ਕਾਲ 604-229-2077 call us immediately and assi tuhanu phone te vi advice de dewange ja tuhanu assi kai wari jail de vich ja ke vi dekh sakde ha ja phone te vi de denge ve apa kal nu jadon savere dekhange jadon tusi judge de mohre aona ha so eh asso tusi arrest hunne ha na ta ose vele kehna vi main apne vakil nu phone karna mangda ha ਜੇ ਉਹ ਪੁਲਿਸ ਕੇ ਨਹੀਂ ਕਰਨ ਦੇਣਾ ਕੀ ਉਹ ਰੋਕ ਸਕਦੇ ਨੇ ਪੁਲਿਸ ਵਾਲੇ ਕਿ ਉਹਨਾਂ ਕੋਲ ਤੁਹਾਡੇ ਕੋਲ ਲੀਗਲ ਰਾਈਟ ਹੈਗਾ ਨਹੀਂ ਉਹਨਾਂ ਨਹੀਂ ਆਪਣੇ ਕੋਲ ਸਾਰਿਆਂ ਕੋਲ ਲੀਗਲ ਰਾਈਟ ਹੈਗਾ ਆ ਤਾਂ ਮੇਕ ਅ ਫੋਨ ਕਾਲ ਵਕੀਲ ਨੂੰ ਜ਼ਰੂਰ ਵੰਡਰਫੁਲ ਹਾਂ ਹਾਂ ਥੈਂਕ ਯੂ ਫੋਰ ਯਰ ਟਾਈਮ ਲੈਟਸ ਗੋ ਫੋਰ ਅ ਬ੍ਰੇਕ ਵਾਪਸ ਆਉਂਦੇ ਹਾਂ ਤੁਹਾਡੇ ਤੋਂ ਹੋਰ ਜਾਣਕਾਰੀ ਲੈਂਦੇ ਹਾਂ ਜਿਹੜੇ ਤੁਸੀਂ ਕ੍ਰਿਮੀਨਲ ਲਾਅ ਦੇ ਸੰਬੰਧੀ ਤੁਹਾਡੀ ਗੱਲ ਦੱਸੀ ਜਿਹੜੇ ਤੁਸੀਂ ਕੇਸਿਸ ਲੈਂਦੇ ਹੈਗੇ ਅਤੇ ਖਾਸ ਤੌਰ ਉੱਤੇ ਡੋਮੈਸਟਿਕ ਅਬਿਊਜ਼ ਇਹ ਦਿਨ ਬ ਦਿਨ ਵੱਧਦਾ ਜਾ ਰਿਹਾ ਆਪਣੇ ਸਮਾਜ ਦੇ ਵਿੱਚ ਅਤੇ ਕਈ ਵਾਰ ਪਤਾ ਨਹੀਂ ਚੱਲਦਾ ਜਿਹੜਾ ਵਿਅਕਤੀ ਚਾਰਜ ਕੀਤਾ ਜਾਂਦਾ ਉਹ ਸਮਝਦਾ ਕਿ ਉਹਦੇ ਕੋਲ ਕੋਈ ਅਧਿਕਾਰ ਨਹੀਂ ਪਰ ਤੁਹਾਡੇ ਹਿਸਾਬ ਨਾਲ ਕਾਨੂੰਨ ਮੁਤਾਬਕ ਉਹ ਤੁਹਾਨੂੰ ਫੋਨ ਕਾਲ ਕਰਕੇ ਤੁਹਾਡੀ ਐਡਵਾਈਸ ਲੈ ਸਕਦਾ ਅਤੇ ਤੁਸੀਂ ਉਸਨੂੰ ਰਾਈਟ ਗਾਈਡੈਂਸ ਦੇ ਸਕਦੇ ਹੋ ਸੋ ਆਫਟਰ ਦ ਬ੍ਰੇਕ ਵੀਲ ਟਾਕ ਮੋਰ ਅਬਾਊਟ ਦਿਸ ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ ਤੁਸੀਂ ਐਸ ਕੇ ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 604-825-9295 Once again, welcome back to the program. Kelly Hamilton ਅਤੇ ਕੈਵਿਨ ਕੈਂਬਲ ਨਾਲ ਗੱਲਬਾਤ ਚੱਲ ਰਹੀ ਹੈ ਜਿਹੜੇ ਕਿ ਸਾਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਇਹਨਾਂ ਦੀ ਫਰਮ ਜਿਹੜੀ ਸਪੈਸ਼ਲਾਈਜ਼ ਕਰਦੀ ਹੈਗੀ ਅਤੇ ਕਿਸ ਤਰੀਕੇ ਨਾਲ ਕਾਨੂੰਨ ਦੇ ਸਹਾਰਾ ਲੈ ਕੇ ਜਿਹੜੇ ਲੋਕ ਚਾਰਜ ਕੀਤੇ ਗਏ ਡੋਮੈਸਟਿਕ ਅਬਿਊਜ਼ ਵਿੱਚ ਉਹਨਾਂ ਦੀ ਇਹ ਮਦਦ ਕਰ ਸਕਦੇ ਨੇ ਕਾਨੂੰਨ ਦੇ ਵਿੱਚ ਬਹੁਤ ਸਾਰੇ ਐਸੇ ਆਪਸ਼ਨਸ ਅਵੇਲੇਬਲ ਨੇ ਜਿਹੜੇ ਕਿ ਇੱਕ ਆਮ ਬੰਦੇ ਨੂੰ ਨਹੀਂ ਪਤਾ ਹੁੰਦੇ ਜਿਹੜੇ ਕਿ ਇੱਕ ਲੋਇਰ ਨੂੰ ਪਤਾ ਹੁੰਦੇ ਨੇ ਸੋ ਕ੍ਰਿਮੀਨਲ ਲਾਅ ਦੇ ਸੰਬੰਧ ਵਿੱਚ ਆਓ ਕੁਝ ਹੋਰ ਗੱਲਬਾਤ ਕਰਕੇ ਜਾਣਕਾਰੀ ਲੈਂਦੇ ਹਾਂ ਕੈਲੀ ਹੈਮਿਲਟਨ ਅਤੇ ਕੈਵਿਨ ਕੈਂਬਲ ਤੋਂ ਸੋ ਬ੍ਰੇਕ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਕਿ ਕੈਲੀ ਕਿ ਇੱਕ ਚਾਰਜ ਕੀਤੇ ਵਿਅਕਤੀ ਕੋਲ ਅਧਿਕਾਰ ਹੈਗਾ ਲੀਗਲ ਰਾਈਟ ਹੈਗਾ ਕਿ ਉਹ ਲੋਇਰ ਨੂੰ ਕਾਲ ਕਰ ਸਕਦਾ ਹੈ ਓਵਰ ਦਿਸ ਓਵਰ 20 ਈਅਰਸ ਆਫ ਐਕਸਪੀਰੀਅੰਸ ਜਿਹੜਾ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਤੁਸੀਂ ਕੀ ਕ੍ਰਕਸ ਕੱਢ ਕੇ ਇਹ ਦੱਸਣਾ ਚਾਹੋਗੇ ਸਾਡੇ ਵਿਊਅਰਸ ਨੂੰ ਜਿਹਦੇ ਬਾਰੇ ਉਹ ਬੈਨੀਫਿਟ ਲੈ ਸਕਦੇ ਨੇ ਜੇਕਰ ਕੋਈ ਐਸੀ ਸਿਚੁਏਸ਼ਨ ਆਵੇ ਇਹ ਇੱਦਾਂ ਆ ਵੀ ਜਦੋਂ ਬੰਦਾ ਰੈਸਟ ਹੁੰਦਾ ਨਾ ਸਾਨੂੰ ਕਾਲ ਕਰੋ ਐਂਡ ਇਹ ਮੈਂ ਡੋਮੈਸਟਿਕ ਅਬਿਊਜ਼ ਦੀ ਸਿਚੁਏਸ਼ਨ ਦੱਸਦੀ ਹਾਂ ਐਂਡ ਸਵੇਰ ਨੂੰ ਨੈਕਸਟ ਡੇ ਉਹਨਾਂ ਦੀ ਹੈਗੀ ਰਾਈਟ ਵੀ ਉਹਨਾਂ ਨੇ ਜੱਜ ਦੇ ਮੂਹਰੇ ਲਿਆਉਣਾ ਆ ਠੀਕ ਹੈ ਇਹਨਾਂ ਅਸੀਂ ਉੱਥੇ ਹੋਵਾਂਗੇ ਰਾਈਟ ਇਹ ਕਹਿਣਾ ਵੀ ਇਹਨਾਂ ਨੂੰ ਬੇਲ ਦਈਏ ਕਿ ਨਾ ਦਈਏ ਐਂਡ ਸੋ ਕਈ ਵਾਰੀ ਉਹ ਛੱਡ ਦਿੰਦੇ ਹੁੰਦੇ ਆ ਵੀ ਉਹ ਤੇਰੇ ਤੇ ਰਿਸਟ੍ਰੇਨਿੰਗ ਆਰਡਰ ਲੱਗਾ ਪਰ ਅਸੀਂ ਉੱਥੇ ਨਾਲ ਹੁੰਦੇ ਹਾਂ ਉੱਥੇ ਨਾਲ ਹੋ ਕੇ ਤਾਂ ਫਿਰ ਅਸੀਂ ਨੈਕਸਟ ਸਾਡੀ ਸਟੈਪ ਆ ਵੀ ਕਿੱਦਾਂ ਦਾ ਚਾਰਜ ਲੱਗਾ ਆ ਕਿੱਦਾਂ ਫਿਰ ਅਸੀਂ ਪ੍ਰੋਸੀਕਿਊਟਰ ਤੋਂ ਲੈਣਾ ਆ ਵੀ ਕਿੱਦਾਂ ਦੇ ਉਹਦੇ ਉਹਨਾਂ ਦੇ ਕੋਲ ਐਵੀਡੈਂਸ ਹੈਗੇ ਆ ਕੀ ਹੋਇਆ ਸੀ ਅਸੀਂ ਆਪਣੇ ਕਲਾਇੰਟ ਨੂੰ ਬੇਲ ਕਰਕੇ ਜਦੋਂ ਬੇਲ ਹੋ ਗਈ ਬੇਲ ਕਰਕੇ ਅਸੀਂ ਆਪਣੇ ਕਲਾਇੰਟ ਨੂੰ ਉਸੇ ਵੇਲੇ ਪੁੱਛ ਲੈਣਾ ਬਈ ਕੀ ਹੋਇਆ ਸੀ ਕੀ ਨਹੀਂ ਕੀ ਨਹੀਂ ਸੀ ਹੋਇਆ ਐਂਡ ਸੋ ਨਾਲੇ ਅਸੀਂ ਉਹਨਾਂ ਨੂੰ ਇਹ ਕਹਿਣਾ ਵੀ ਆਪਣੀ
ਕੋਈ ਹੋਰ ਵੀ ਵਿਟਨੈਸ ਸੀਗਾ ਕੀ ਸੀਗਾ ਕਿਉਂਕਿ ਉਹ ਮੈਮਰੀ ਫਰੈਸ਼ ਹੁੰਦੀ ਹੈ ਨਾ ਅਸੀਂ ਉਸੇ ਵੇਲੇ ਉਹਨਾਂ ਨੂੰ ਸਾਰੀਆਂ ਗੱਲਾਂ ਪੁੱਛ ਲੈਣੀਆਂ ਤਾਂ ਫਿਰ ਸਾਡਾ ਹੁੰਦਾ ਆ ਵੀ ਅਸੀਂ ਪ੍ਰੋਸੀਕਿਊਟਰ ਦੇ ਨਾਲ ਵੀ ਗੱਲ ਕਰਨੀ ਹੈ ਵੀ ਕੀ ਆ ਕੀ ਨਹੀਂ ਐਂਡ ਜਦੋਂ ਪ੍ਰੋਸੀਕਿਊਟਰ ਦੇ ਨਾਲ ਗੱਲ ਕਰਨੀ ਵੀ ਕਿੱਦਾਂ ਇਹ ਕੇਸ ਆ ਕਿੱਦਾਂ ਦਾ ਨਹੀਂ ਹੈਗਾ ਉਹਨਾਂ ਦੇ ਕੋਲੋਂ ਵੀ ਅਸੀਂ ਉਹਨਾਂ ਦਾ ਪਰਟੀਕੁਲਰ ਲੈ ਕੇ ਐਂਡ ਫਿਰ ਅਸੀਂ ਯੂ ਨੋ ਕੇਸ ਨੂੰ Let's talk a little bit about real estate law. You mentioned before, but what kind of real estate practices does your firm do? Yeah, so we do both residential and commercial real estate. Mm-hmm. So when we're talking about residential, it's often families or maybe people that have moved to the area for the first time. Mm-hmm. So if they're buying, you know, a home or a condo or townhouse, any one of those type of things, we can definitely assist them. Right. They, you know, contact us. I know you provided our number, 604-229-2077. Mm-hmm. And also, it's important to note that we work in all different areas, so whether that's in Surrey or in Vancouver, you know, Burnaby, anywhere kind of in between as well, just kind of lower mainland. We have experience, you know, doing real estate work in those areas, and so that's one of the things we continue to do. And in the commercial real estate also you do the work? Yeah, we do commercial real estate as well. And so oftentimes that'll be perhaps if somebody wants to lease a space or whether they're looking to purchase kind of an office space, you know, one office, a block of offices, a lot of that, you know, type of development goes on. So. Okay. So Kelly, hun dassi gal kari thodi ji real estate bare jis tarah Kevin ne dassya hai ki tusi har ik commercial te real estate jehdi hai residential ohde ch tusi operate karde ho. ਪ੍ਰੀ ਸੇਲ ਕੋਂਟਰੈਕਟ ਕਿਉਂਕਿ ਜਦੋਂ ਮਾਰਕੀਟ ਹਾਈ ਹੁੰਦੀ ਹੈਗੀ ਹੈ ਉਸ ਸਮੇਂ ਲੋਕਾਂ ਦੇ ਵਿੱਚ ਹੁੰਦਾ ਕਿ ਜੀ ਫਟਾਫਟ ਅਸੀਂ ਲੈ ਲਈਏ ਕੋਈ ਪ੍ਰੋਪਰਟੀ ਪਰ ਜਿਸ ਤਰ੍ਹਾਂ ਦੀ ਹੁਣ ਮਾਰਕੀਟ ਹੈਗੀ ਹੈ ਕਈ ਵਾਰੀ ਪ੍ਰੀ ਸੇਲ ਕੋਂਟਰੈਕਟਸ ਤੋਂ ਲੋਕ ਨਿਕਲਣਾ ਚਾਹੁੰਦੇ ਹੈਗੇ ਨੇ ਕਿ ਵੀ ਇਟ ਇਜ਼ ਨੋਟ ਗੋਇੰਗ ਟੂ ਬੀ ਬੈਨੀਫਿਸ਼ੀਅਲ ਚਲੋ 5-10,000 ਜਿਹੜਾ ਦਿੱਤਾ ਉਹ ਸਾਡਾ ਖਰਾਬ ਹੋ ਜਾਏ ਸੋ ਕੀ ਦੱਸਣਾ ਚਾਹੋਗੇ ਪ੍ਰੀ ਸੇਲ ਕੰਟਰੈਕਟ ਬਾਰੇ ਲੋਕਾਂ ਨੂੰ ਕੀ ਪਤਾ ਹੋਣਾ ਚਾਹੀਦਾ ਇਹ ਸਾਡੇ ਕੋਲ ਕਈ ਬੰਦੇ ਜਿਨ੍ਹਾਂ ਨੇ ਪ੍ਰੀ ਸੇਲ ਕੋਂਟਰੈਕਟ ਐਂਟਰ ਕਰਨਾ ਹੈ ਨਾ ਕਈ ਵਾਰੀ ਉਹ ਸਾਡੀ ਪਹਿਲਾਂ ਸਾਈਨ ਕਰਨ ਤੋਂ ਪਹਿਲਾਂ ਨਾ ਉਹ ਸਾਡੀ ਫਰਮ ਦੇ ਵਿੱਚ ਕਹਿਣਾ ਵੀ ਤੂੰ ਇਹ ਕੋਂਟਰੈਕਟ ਤੁਸੀਂ ਰਿਵਿਊ ਕਰ ਦੇ ਓਕੇ ਜਦੋਂ ਅਸੀਂ ਰਿਵਿਊ ਕਰ ਦੇਣਾ ਫਿਰ ਉਹ ਜਿਹਨੇ ਪ੍ਰੀ ਸੇਲ ਕੋਂਟਰੈਕਟ 'ਤੇ ਐਂਟਰ ਹੋਣਾ ਆ ਨਾ ਉਹਨਾਂ ਨੂੰ ਵੀ ਪਤਾ ਹੁੰਦਾ ਆ ਵੀ ਕੀ ਹੈਗਾ ਵੀ ਉਹਨਾਂ ਦੀ ਕੀ ਓਬਲੀਗੇਸ਼ਨ ਆ ਕੀ ਰਾਈਟਸ ਆ ਐਂਡ ਸੋ ਇਸ ਕਰਕੇ ਨਾਲੇ ਇਹ ਗੁੱਡ ਹੈਗਾ ਡਿਵੈਲਪਰ ਲਈ ਅਤੇ ਨਾਲੇ ਹੈਗਾ ਇਹ ਗੁੱਡ ਹੈਗਾ ਆ ਜਿਹਨਾਂ ਨੇ ਪ੍ਰੀ ਸੇਲ ਅਤੇ ਕੋਂਟਰੈਕਟ 'ਤੇ ਐਂਟਰ ਹੋਣਾ ਆ ਸਾਡੀ ਇਹੀ ਐਡਵਾਈਸ ਹੈ ਕਈ ਵਾਰੀ ਸਾਡੇ ਕੋਲ ਆਏ ਜਿਹੜੇ ਪ੍ਰੀ ਸੇਲ ਆਏ ਕੋਂਟਰੈਕਟ ਅਸੀਂ ਰਿਵਿਊ ਕੀਤਾ ਅਸੀਂ ਕਿਹਾ ਆਹ ਠੀਕ ਹੈ ਆਹ ਤੁਹਾਡੀ ਓਬਲੀਗੇਸ਼ਨ ਆ ਕੋਈ ਪ੍ਰੋਬਲਮ ਨਹੀਂ ਹੁਣ ਜਦੋਂ ਮੁੜ ਕੇ ਜਦੋਂ ਪ੍ਰੀ ਬਈ 2 ਮਹੀਨਿਆਂ ਨੂੰ ਹੈਗੀ ਆ ਕੰਪਲੀਸ਼ਨ ਡੇਟ ਆਈ ਆ ਤਾਂ ਫਿਰ ਇਹ ਕੋਂਟਰੈਕਟ 'ਤੇ ਉੱਠਣਾ ਤੋੜਨਾ ਔਖਾ ਹੋ ਜਾਂਦਾ ਰਾਈਟ ਬਈ ਪਹਿਲਾਂ ਤੁਸੀਂ ਜੇ ਸਟੈਪ ਕਰ ਲਵੋਗੇ ਕਿ ਓਕੇ ਆਈ ਐਮ ਗੋਇੰ ਟੂ ਰਿਵਿਊ ਮਾਈ ਮੈਂ ਆਪਣੇ ਵਕੀਲ ਨਾਲ ਇਹ ਕੋਂਟਰੈਕਟ ਰਿਵਿਊ ਕਰਨਾ ਆ ਐਂਡ ਕਈ ਕੋਂਟਰੈਕਟ ਤਾਂ ਸਾਰੇ ਸਟੈਂਡਰਡ ਹੀ ਹੁੰਦੇ ਆ ਪਰ ਫਿਰ ਵੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਯਕੀਨ ਆ ਜਾਊਗਾ ਵੀ ਤੁਹਾਡੀ ਕੀ ਟਰਮਸ ਆ ਕੀ ਰਾਈਟਸ ਆ ਕੀ ਤੁਸੀਂ ਕਦੋਂ ਕੈਂਸਲ ਕਰ ਸਕਦੇ ਕਿੱਦਾਂ ਨਹੀਂ ਕਰ ਸਕਦੇ ਵੀ ਤੁਹਾਡੀ ਕੀ ਓਬਲੀਗੇਸ਼ਨਸ ਆ ਐਂਡ ਈਵਨ ਔਨ ਦ ਅਦਰ ਹੈਂਡ ਆਲਸੋ ਇਫ ਵੀ ਸੀ ਦੈਟ ਅਲਟੀਮੇਟਲੀ ਤਾਂ ਤੁਸੀਂ ਜੇ ਕੋਂਟਰੈਕਟ ਕਰਨਾ ਹੀ ਹੈ ਤੇ ਤਦ ਵੀ ਤਾਂ ਤੁਸੀਂ ਲਾਇਰ ਨੂੰ ਹਾਇਰ ਕਰਨਾ ਹੀ ਹੈ ਫੋਰ ਦ ਕਨਵੈਂਸਿੰਗ ਐਂਡ ਐਵਰੀਥਿੰਗ ਸੋ ਵਾਈ ਨਾਟ ਕਿ ਪਹਿਲਾਂ ਹੀ ਤੁਸੀਂ ਸਲਾਹ ਲੈ ਲਓ ਤਾਂ ਕਿ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਯੈਸ ਹਾਂ ਕਈ ਵਾਰੀ ਸਾਡੇ ਕੋਲ ਆਏ ਆ ਉਹਨਾਂ ਦੇ ਕੋਲ ਜਿੱਦਾਂ ਪ੍ਰੋਬਲਮ ਨਹੀਂ ਤਾਂ ਫਿਰ ਜਦੋਂ ਆਉਂਦੇ ਹੁੰਦੇ ਆ ਐਟ ਦ ਟਾਈਮ ਜਦੋਂ ਫਿਨਿਸ਼ ਬਈ ਕੰਪਲੀਸ਼ਨ ਡੇਟ ਆ ਫਿਰ ਯੂ ਨੋ ਤੁਸੀਂ ਐਂਟਰ ਕਰ ਲਿਆ ਕੋਂਟਰੈਕਟ ਇਜ਼ ਬਾਈਂਡਿੰਗ ਹਨਾ Okay, and Kevin, if you can also let us know, there are some changes in the rules regarding first-time home buyers in the country. So anything specific for them, what you would like to tell us today? Yeah, so just if you're a Canadian citizen or a permanent resident as well, you're eligible for the first-time home buyers rebate. Right. And so that's been in BC for a bit now. Mm-hmm. But, you know, you're entitled to apply for that, and that's one of the things that we can help people out with. You know, as long as they haven't bought a residence, actually it applies anywhere in the world. So say you bought a residence in Europe before, you wouldn't be eligible. But if you have not bought
residence before, you're eligible for it. Okay. So this is one of the things that, you know, a lot of times people are looking to get into the real estate market, buy their first home. Right. And it really helps out. So that's one of the things that. Great. It was a pleasure talking to you. Thank you very much. But the honor apni community de vich bhi ja Chinese and Caucasian community de vich bhi ek gal ya je tusi do jane husband wife lena hega ghar ji te thwadi wife hale India to aaye hai okay ohna ko PR hai ne ke okay par tusi ohna nu bhi joint ghar de ownership mangde haan ji ownership pata ohra oh hale ohna ko PR nahi hai ji ohna da eh lag sakda tax okay foreign buyer's tax that's it okay. so you have to be jadon bhi kise de na hai na karna kyunki purchase price ye 50-50 unna de na tusi karna hai jehdi 50% purchase price hai na phir ja ke tuhanu pata nahi na hunda ba oh okay assi husband wife hale nave aaye ha husband kinne chir da itthe aaya ya and sadi navi marriage ya te assi ghar lena ya te aa lena hale wife de kol PR hai nahi ge our husband they call PR hai phir tuhanu careful hona chahiye Well, ਇਸੇ ਕਰਕੇ ਤੇ ਲਾਇਰਸ ਨੂੰ ਹਾਇਰ ਕਰਦੇ ਨੇ ਲੋਕ ਤਾਂ ਕਿ ਇਹ ਹੀ ਚੀਜ਼ਾਂ ਪਤਾ ਚੱਲ ਸਕਣ ਐਂਡ ਇਹ ਇਸ਼ੂਜ਼ ਅਸੀਂ ਡਿਟੇਲਸ ਵਿੱਚ ਆਉਣ ਵਾਲੇ ਪ੍ਰੋਗਰਾਮਸ ਵਿੱਚ ਗੱਲਬਾਤ ਕਰਾਂਗੇ ਥੈਂਕ ਯੂ ਵੈਰੀ ਮੱਚ ਫਾਰ ਬੀਇੰਗ ਹੇਅਰ ਤੁਹਾਡੇ ਨਾਲ ਫ੍ਰੀ ਕਿਸੇ ਨੇ ਸੁਜੈਸ਼ਨ ਲੈਣੀ ਹੋਏ ਕੰਸਲਟੇਸ਼ਨ ਕਰਨੀ ਹੋਏ ਕਿਤੇ ਫੋਨ ਕੀਤਾ ਜਾ ਸਕਦਾ ਹੈ ਇਹ 604-229-2077 Thank you very much for being here. Thanks for letting our viewers know about the kind of services that they can get and also what advantages are of hiring a lawyer. Thank you. We also have an office in Surrey as well. So thank you. Just wanted to let you know.